ਮਾਸਕ ਫੇਰ ਲਾਤੀ, ਫੇਰ ਲਾਤੀ ਬਾਲ ਜੋਧੇ ਦੀ ਬੈਟਿੰਗ ਜੋਧਾ। ਬੈਟਿੰਗ ਤੇ ਫੀਲਡਿੰਗ ਦੇਖਿਓ ਹੁਣ ਤੁਹਾਨੂੰ, ਇਹਦੀ ਇਕੱਲੀ ਇਕੱਲੀ ਫੀਲਡਿੰਗ ਦਿਖਾਉਣੀ ਹੈ ਵੀ ਕਿੰਨੀ ਗੱਲਾਂ ਪਹਿਲਾਂ ਦਾ ਸਿੱਕਾ ਖਾ ਗਿਆ ਹੈ ਨੀ ਫੜ ਚੱਕਿਆ ਕਿੱਡਾ ਹੁਣੀਆਂ ਤੇਰੀ ਬੈਟਿੰਗ, ਤੇਰੀ ਬੈਟਿੰਗ ਸੋ ਹੈਲੋ ਗਾਈਸ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਸ਼ਾਮ ਦੇ ਵੱਜ ਕੇ 5, ਬੱਦਲ ਬਾਈ ਫੇਰ ਹੋ ਗਈ, ਰਾਤ ਮੀਂਹ ਬਹੁਤ ਵਿਗੜਿਆ ਪੱਲੇ, ਰਾਤ ਪਰਸ ਰਾਤ ਬਹੁਤ ਜ਼ਿਆਦਾ ਮੀਂਹ ਆਇਆ, ਬਾਕੀ ਪਾਣੀ ਤਾਂ ਆ ਗਈ ਹੁਣ ਇਹਨੇ ਅੰਦਰ ਹੀ, 5 ਵਜੇ ਖੇਡਣ ਜਾਵਾਂਗੇ। ਚਿੱਟਾ ਫਰਸ ਆ, ਇਹਦਾ ਕੋਈ ਫਾਇਦਾ ਵਾ, ਤੂੜੀ ਤਾੜੀ ਜੀ ਘੱਟ ਮੀਂਹ ਦੀ, ਹੁਣ ਤੂੜੀ ਨਜਾਇਜ਼ ਦੀ। ਬਾਕੀ ਚੈਨਲ ਕਰੋ ਸਬਸਕ੍ਰਾਈਬ ਨਹੀਂ, ਚੈਲੰਜ ਨਵਾਂ ਆ ਰਿਹਾ ਇੱਕ ਅੱਧੇ ਦਿਨ ਤੋਂ, ਵੀਡੀਓ ਸ਼ੂਟ ਕਰਾਂਗੇ, ਟਰੈਵਲ ਕਰਨਾ ਉਹਦੇ ਵਿੱਚ, ਦੇਖਦੇ ਹਾਂ ਬਾਕੀ ਸੋਲੋ ਹੀ ਕਰਾਂਗੇ, ਬਾਕੀ ਕਰਦੇ ਹਾਂ ਫਿਰ ਚਾਹ ਬਣਾਉਣੇ ਆ ਆਹ ਬਾਹਰ ਸੋਲੋ ਟਰੈਵਲ, ਬਾਕੀ ਕੰਟੈਂਟ ਤੁਹਾਨੂੰ ਉੱਦਣ ਪਤਾ ਲੱਗੂਗਾ, ਤਦ ਤੱਕ ਚੈਨਲ ਸਬਸਕ੍ਰਾਈਬ ਕਰੋ ਨਵੀਂ ਵੀਡੀਓ ਲਈ। ਅਤੇ ਮੀਂਹ ਕਰਕੇ ਪਾਣੀ ਨਿਕਲ ਗਿਆ, ਨਹੀਂ ਤਾਂ ਹੌਲੀ ਜੇ ਰਜਮਾ ਜਿਹਾ ਮੀਂਹ ਪਵੇ ਫਿਰ ਤਾਂ ਗਿੱਲਾ ਹੀ ਰਹਿੰਦਾ ਥਾਂ, ਅਤੇ ਮੀਂਹ ਕਰਕੇ ਛੇਤੀ ਨਿਕਲ ਗਿਆ ਪਾਣੀ, ਹੁਣ ਤਾਂ ਪਿਆ ਫਿਰ ਮੀਂਹ ਦੱਬ ਕੇ ਪੂਰਾ ਖੱਤੋਂ ਪਾਣੀ ਪਾਉਣੀ ਕਰਕੇ ਸਵੇਰੇ ਜੰਮ ਗਏ ਸੀ, 3 ਦਿਨ ਹੋ ਗਏ ਜੰਮ ਜਾਂਦੇ ਹਨ, ਤੁਹਾਨੂੰ ਜਿੰਮ ਦਾ ਵੀ ਵਲੌਗ ਬਣਾ ਕੇ ਲਿਆਵਾਂਗੇ। ਅਤੇ ਸਵੇਰੇ ਪਰਸੋਂ ਜੀ ਗਏ ਸੀ 5:30, ਕੱਲ੍ਹ ਗਏ ਸੀ ਪੌਣੇ 6, ਕੱਲ੍ਹ ਸਵੇਰੇ ਹੀ ਮੀਂਹ ਪੈਂਦਾ ਜੀ 1 ਵਜੇ ਦਾ ਲੱਗਿਆ, ਸਵੇਰੇ ਹਟਿਆ 6:30 ਜਾ ਕੇ, ਅਤੇ ਕੱਲ੍ਹ ਜਾਵਾਂਗੇ ਸਵੇਰੇ 4:30 ਜਾਂਦੇ ਨੇ ਇੱਥੋਂ, 4:30 ਗਏ ਸੀ, ਬਾਕੀ ਕੱਲ੍ਹ ਕਰਾਂਗੇ ਦੇਖਾਵਾਂਗੇ ਤੁਹਾਨੂੰ, ਬਾਕੀ ਅੱਜ ਦੀ ਵੀਡੀਓ ਕਰਦੇ ਇੱਥੇ ਕੰਟੀਨਿਊ, ਐਂਡ ਨਹੀਂ ਕੰਟੀਨਿਊ। ਬੱਦਲ ਸਲੋ ਸਲੋ ਮੂਵ ਕਰ ਰਹੇ ਨੇ, ਚੱਲ ਰਹੇ ਨੇ ਚੱਲ ਪੰਜਾਬੀ 'ਚ ਧਲੇਰ ਕਹਿੰਦੀ, ਬਾਲ ਲੱਭਣ ਆ ਗਏ ਮੁੰਡੇ ਖੱਤੇ 'ਚ, ਖੇਤ 'ਚ ਪਹੁੰਚੀ ਟੀਮ, 1 ਬਾਲ ਤਾਂ ਲੱਭ ਗਈ, 2 ਬਾਲਾਂ ਇੱਥੇ ਖੋਈਆਂ ਨੇ, ਅਤੇ 7-8 ਸਕੂਲ ਦੇ ਸਾਹਮਣੇ ਵਾਲੀ 'ਚ ਖੋਈਆਂ ਨੇ ਖੱਤੇ 'ਚ, ਹੁਣ ਆਹ ਪਤਾ ਨਹੀਂ ਕੀ ਬੀਜਿਆ, ਝੰਜਣ ਦੇ ਵਿੱਚ ਕੱਖ ਬੀਜੇ ਨੇ ਕਿ ਕੱਖ ਦੇ ਵਿੱਚ ਝੰਜਣ ਬੀਜਿਆ ਹੋਇਆ, ਇਹੋ ਜਿਹੀ ਜਾਣਕਾਰੀ ਹੋ ਰਹੀ ਆ, ਦੇਖਦੇ ਹਾਂ। CBI ਟੀਮ ਬਿਠਾਈ ਆ ਤਹਿਕੀਕਾਤ, ਅਤੇ ਉਹ ਪਤਾ ਲੱਗ ਜੂਗਾ ਵੀ ਕੀ ਬੀਜਿਆ ਇਹ। ਬੈਟਿੰਗ ਤੇ ਫੀਲਡਿੰਗ ਦੇਖਿਓ ਹੁਣ ਤੁਹਾਨੂੰ, ਇਹਦੀ ਇਕੱਲੀ ਇਕੱਲੀ ਫੀਲਡਿੰਗ ਦਿਖਾਉਣੀ ਹੈ ਵੀ ਕਿੰਨੀ ਗੱਲਾਂ, ਪਹਿਲਾਂ ਤਾਂ ਸਿੱਕਾ ਖਾ ਗਿਆ, ਸਿੱਕਾ ਖਾ ਗਿਆ ਲੰਮਾ ਸਾਰਾ ਸਿੱਕਾ, ਹੁਣ ਤੁਹਾਨੂੰ ਬੋਲਿੰਗ ਫੜਨੀ ਦਿਖਾਵਾਂ ਵੀ ਬੋਲਿੰਗ ਕਿਵੇਂ ਫੜਦਾ ਬਾਲ, ਇਹ ਫੀਲਡਿੰਗ ਦਿਖਾਵਾਂਗੇ, ਫੀਲਡਿੰਗ 10 ਸਕੋਰ ਬਣਾਏ ਨੇ, 10 ਸਕੋਰ ਬਣਾਏ ਨੇ, 10 ਸਕੋਰ ਬਣਾਏ ਨੇ ਬੇਟਾ 10, 1 ਵੀ ਬਾਲ ਨਹੀਂ ਲੱਗਣੀ, ਤੇਰੀ ਬੈਟਿੰਗ ਵੀ ਦਿਖਾਉਣੀ ਆ, ਤੇਰੀ ਬੈਟਿੰਗ ਫੋਨ ਖੋ ਕੇ ਭੱਜ ਲਿਆ ਜੀ ਭਾਈ, ਹੁਣ ਇਹਦੀ ਬੋਲਿੰਗ ਦਿਖਾਉਣੀ ਤੁਹਾਨੂੰ, ਬੋਲਿੰਗ ਕਿਹਾ ਇਹ ਪਹਿਲਾਂ ਪਤਾ ਕੀ ਕਹਿੰਦਾ, ਇੱਕ ਤਾਂ ਦੀ ਬੱਲੇਬਾਜ਼ੀ, ਕਹਿੰਦਾ ਬੋਲਬਾਜ਼ੀ ਕਰਨ ਜਾਣਾ ਮੈਂ, ਚੱਕ ਬੈਟਾਂ ਦਾ ਬਾਦਸ਼ਾਹ, ਬੈਟਾਂ ਦਾ ਬਾਦਸ਼ਾਹ, ਬੈਟਾਂ ਛਿੱਟੀ ਜਾਂਦਾ ਮੁੰਡਾ, ਚੱਕ ਇੱਕ ਹੋਰ ਬਾਈਟ ਹੈ, ਇਹਨੂੰ ਬੋਲਿੰਗ ਦੇਣੀ ਤਾਂ ਮਤਲਬ ਦੂਜੀ ਟੀਮ ਨੂੰ ਜੇਤੂ ਕਰਾਰ ਦੇਣਾ ਹੈ, ਚੱਕ ਬੋਲਿੰਗ ਤੇਰੀ ਗੰਦੀ ਆ, 200 ਚ ਦੇਖੇ ਦੇਖੇ ਬਾਲ ਫੜਦਾ ਦੇਖੀਏ।
ਬਾਦਸ਼ਾਹ, ਸਿੱਕਿਆਂ ਦਾ ਬਾਦਸ਼ਾਹ, ਸਕੂਟਰ ਨਾਲ ਸਨਮਾਨਿਤ ਕੀਤਾ ਗਿਆ ਧਲੇਰ ਵਾਲੇ ਟੂਰਨਾਮੈਂਟ ਤੇ ਗੱਭਰੂ ਨੂੰ ਚੱਕ ਲੋ ਬੈਟ ਚ ਲਿਆਦੀ ਬਾਲ, ਬਸ ਸਕੋਰ ਕੋਈ ਵੀ ਨਹੀਂ। ਨਿਰਾਸ਼ ਹੋਣਾ ਪੜੇਗਾ ਖਿਡਾਰੀ ਕੋ, ਜੀਰੋ ਸਕੋਰ ਸੀ। ਚੱਕੋ ਜੀ ਦੂਜੀ ਬਾਲ, ਚੱਕ ਫੇਰ ਕਮਾਇਆ ਖਿਡਾਰੀ ਨੇ, ਸਲਿਪ ਸਾਈਡ ਤੇ ਖੇਡਣ ਦਾ ਚਾਹ ਵਾਰਾ ਖਿਡਾਰੀ, ਪਰ ਇੱਧਰ ਕੋਈ ਸਕੋਰ ਨਹੀਂ ਹੈਗਾ, ਦੋ ਬਾਲਾਂ ਜੀਰੋ ਨਾਲ ਨਿਰਾਸ਼ ਹੋਣਾ ਪੜੇਗਾ। ਚੱਕ ਫੇਰ ਲਾਦੀ, ਫੇਰ ਲਾਦੀ ਬਾਲ, ਜੋਧੇ ਦੀ ਬਿਲਡਿੰਗ ਜੋਧਾ, ਚੱਕ ਇੱਕ ਸਕੋਰ, ਤਿੰਨ ਬਾਲਾਂ ਇੱਕ ਸਕੋਰ ਨਾਲ ਸੰਤੁਸ਼ਟੀ ਹੋਣੀ ਪੜੇਗਾ ਖਿਡਾਰੀ ਕੋ। ਮਹਿੰਗਾ ਖਿਡਾਰੀ ਆ, ਕੰਗਨਾ ਦੇ ਟੂਰਨਾਮੈਂਟ ਤੇ ਬੁਲਟ ਨਾਲ ਸਨਮਾਨ ਕੀਤਾ ਜਾਣਾ ਇਹ ਖਿਡਾਰੀ ਨੂੰ। ਅੱਜ ਲਗਾਈ ਅੱਜ ਉਹ ਸਟਾਈਲ ਆ ਖਿਡਾਰੀ ਦਾ, ਉਹ ਆ ਚੂਰਨ ਮਹਿਕਮਾ ਵੀ ਖੜਾ, ਚੂਰਨ ਖਾਓ ਮਹਿਕਮਾ, ਆ ਤਾਂ ਕੋਈ ਮੈਸੀ ਨੀ ਕਰੀ ਮੁੰਡਾ ਨੇ, ਪਹਿਲਾਂ ਹੁਣ ਸਾਰਾ ਦਾ ਸਰੀਰ ਹੀ ਗਰਮ ਕਰ ਦਿਆ ਕਰੋ, ਹੁਣ ਸਾਰੇ ਦਾ ਸਰੀਰ ਗਰਮ ਕਰਤਾ। ਆਉਣ ਸਾਰੇ ਨੇ ਘੋਲ ਕਰਾਇਆ ਕਰੋ, ਫੇਰ ਗੱਲ ਬਣੂਗੀ। ਇੱਕ ਮਿਸ ਕਰੀਆ ਗੱਭਰੂ ਨੇ, ਇੱਕ ਓਵਰ ਇੱਕ ਸਕੋਰ, ਪਲੇਅਰ ਉਤਰਦਾ ਹੋਇਆ ਬੈਟਸਮੈਨ ਤੋਂ। ਆ ਚੂਰਨ ਮਹਿਕਮਾ ਖੜਾ, ਚੂਰਨ ਮਹਿਕਮਾ ਆ ਕਿਵੇਂ ਲੱਕ ਲਾਈ ਖੜਾ, ਓਏ ਆ ਕਿਵੇਂ ਖੜਨੀ ਆ ਤੇਰੀ ਇਹ ਫੀਲਡਿੰਗ ਤੇ ਖੜਾ, ਤੂੰ ਕੀ ਕਰਦੇ? ਕੋਹਲੀ ਨੇ ਇਨਿੰਗ ਖਤਮ ਕਰਤੀ ਹੋਈ, ਬਾਲ ਦੇ ਨਾਲ ਵੀ ਸਾਰੀ ਫੀਲਡਿੰਗ ਟੀਮ ਨੂੰ ਨਿਰਾਸ਼ ਹੋ ਕੇ ਘਰ ਨੂੰ ਜਾਣਾ ਪੜੇਗਾ, ਖਾਸ ਕਰਕੇ ਚੂਰਨ ਮਹਿਕਮੇ ਨੂੰ, ਕਿਉਂਕਿ ਇਹਦੀ ਬੱਲੇਬਾਜ਼ੀ ਨਹੀਂ ਆਈ। ਆ ਗਿਆ ਪਹਿਲੀ ਬਾਲ ਤੇ ਆਊਟ, ਵਿਕਟ ਆਊਟ ਹੈ, ਦੇਖਦੇ ਆ ਬਾਲ ਲੱਭਦੀ ਆ ਕਿ ਨਹੀਂ ਲੱਭਦੀ। ਆ ਖਿਡਾਰੀ ਨੇ ਬਾਲਾਂ ਲਾਈਆਂ ਨੇ ਅੱਜ ਪਹਿਲੀ ਵਾਰ, ਬਾਲ ਲੱਭਣ ਗਈ ਟੀਮ ਖੱਤੇ 'ਚ, ਇਹ ਖਿਡਾਰੀ ਖੇਤ ਮੈਂ ਗਿਆ ਛਪਾਕ, ਬਾਲ ਲੱਭ ਲਿਆ ਮੁੰਡਾ, ਨਹੀਂ ਤਾਂ ਬਾਲ ਭਰਨੀ ਪੈਣੀ ਸੀ, ਭਰ ਭਰ ਤਾਂ ਬਾਲ ਅੱਕ ਗਿਆ, ਇੱਕ ਡੱਬਾ ਬਾਲਾਂ ਦੇ ਗਿਆ ਮੁੰਡਾ ਇਹ। ਉਹ ਚੇਂਜ ਓਵਰ ਚੱਲਦੀ ਆ ਖੱਤੇ ਨਾਲ, ਹੁਣ ਕੱਲ੍ਹ ਨੂੰ ਮੋੜ ਦੂ ਦੂਜੀ ਇਹ, ਬਸ 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 ਫੋਕਸ ਕਰਦੇ ਹੋਏ, ਬਹੁਤ ਹੀ ਬਿਹਤਰੀਨ ਖਿਡਾਰੀ, ਇੰਡੀਆ ਟੀਮ ਨੂੰ ਚਾਹੀਦਾ ਹੋ, ਚਾਹੀਦਾ ਹੋ, ਚਾਹੀਦਾ ਹੋਵੇ ਤਾਂ ਦੱਸ ਦਿਓ। ਪੁੱਤਰਾ ਨਛੱਤਰ ਸਿੰਘ ਦਾ ਕੁੱਟ ਖਾਣ ਲੱਗਿਆ ਹੋਇਆ ਕੁੱਟ, ਪਹਿਲੇ ਓਵਰਾਂ 'ਚ ਬੈਟਾਂ ਅਤੇ ਹੁਣ ਚੌਕਿਆਂ ਨਾਲ ਸਨਮਾਨ ਕੀਤਾ ਗਿਆ ਇਹ ਖਿਡਾਰੀ ਦਾ। ਦੁੱਕਾ ਦੁੱਕਾ ਜਿਹੜਾ ਪਿੰਡਾਂ 'ਚ ਰੱਖਿਆ ਹੁੰਦਾ ਦੁੱਕਾ, ਉਹ ਲੱਗਿਆ ਮੁੰਡੇ ਦੇ, ਛੇ ਸਕੋਰ ਦੋ ਬੋਲਾਂ। ਇਹ ਆਪਣੇ ਸਕੋਰ ਬੋਰਡ ਜਾਂ ਆਊਟ ਗਿਣਦੇ ਨੇ ਜਾਂ ਓਵਰ ਗਿਣਦੇ ਨੇ, ਸਕੋਰ ਬੋਰਡ ਦੇ ਆਪਣੇ ਬਹੁਤ ਹੀ ਬਿਹਤਰੀਨ ਡਿਜੀਟਲ ਸਕੋਰ ਬੋਰਡ। ਮੈਂ ਤਾਂ ਬਾਲ ਮੈਂ ਵੀਡੀਓ ਨਾਲ ਲੱਗੇ ਕਹਿੰਦੇ ਜੋਧੇ ਚੌਕਾ ਮਾਰਿਆ, ਚੌਕਾ ਮਾਰਿਆ ਪਹਿਲੀ ਦੀ।
ਸੋਰੀ ਹੋ ਗਿਆ ਕਿਦਾ ਕੁਛ ਵੀ ਲੱਗਿਆ ਆ ਭਈਆ ਕੁਛ ਵੀ ਲੱਗਿਆ ਚੌਕਾ ਮੇਰਾ ਯੋਧਾ ਭਾਰੂ ਰਿਹਾ ਭਾਰੂ ਦੋ ਚੌਕੇ ਇੱਕ ਛਿੱਕਾ ਮਰਿਆ ਮੇਰੀ ਬੋਲ ਤੇ ਮੁੰਡੇ ਨੇ ਇੱਕ ਢੂਈ ਤੇ ਵੀ ਖਾ ਗਿਆ ਪਰ ਆ ਖੜਾ ਪਲੇਅਰ ਚੋਟੀ ਦਾ ਜੂਨੀਅਰ ਇੰਡੀਆ ਟੀਮ 'ਚ ਇਹਦੀ ਸਿਲੈਕਸ਼ਨ ਹੋਣੀ ਆ ਯੋਧਾ ਹਾਰ ਕੇ ਗਿਆ ਘਰ ਨੂੰ ਉਹ ਜਾਂਦਾ ਸੁਪਰ ਓਵਰ ਲਾ ਲਿਆ ਇੱਕ ਵੀ ਸਕੋਰ ਨਹੀਂ ਬਣਿਆ ਪਹਿਲੀ ਬਾਇਟ ਛੱਡਤੀ ਮੈਨੂੰ